ਕਾਗਜ਼ ਦਾ ਕਲੈਪਰ ਸਮੱਗਰੀ ਕਾਗਜ਼ ਦੀ 20 ਸੈਂਟੀਮੀਟਰ ਲੰਬੀ ਅਤੇ 60 ਸੈਂਟੀਮੀਟਰ ਚੌੜੀ ਸ਼ੀਟ। ਸ਼ੀਟ ਨੂੰ ਲੰਬੇ ਦਾ ਮੋੜ ਕੇ ਖੋਲ੍ਹ ਦਿਓ, ਫਿਰ ਚਾਰੇ ਕੋਨੇ ਇੱਕ ਇੱਕ ਕਰਕੇ ਮੱਧ ਤੱਕ ਮੋੜੋ। ਇੱਕ ਵਾਰ ਫਿਰ ਚਾਰੇ ਕੋਨਿਆਂ ਨੂੰ ਇੱਕ ਇੱਕ ਕਰਕੇ ਮੱਧ ਤੱਕ ਮੋੜ ਦਿਓ। ਇਹ ਇੱਕ ਦੋ ਮੂਹੇ ਸੰਕੇਤਕ ਵਾਂਗ ਨਜ਼ਰ ਆਵੇਗਾ। ਹੁਣ ਸ਼ੀਟ ਨੂੰ ਮੱਧ ਵਿੱਚ ਮੋੜੋ ਅਤੇ ਫਿਰ 1/4 ਹਿੱਸਾ ਮੋੜੋ। ਇਸ ਨੂੰ ਅੱਧ ਤੱਕ ਖੋਲ੍ਹ ਕੇ ਕਰੀਜ਼ ਬਣਾ ਲਿਓ। ਇਸ ਵਿੱਚ ਇੱਕ ਛੋਟਾ ਜਿਹਾ ਮੋੜ ਉੱਪਰ ਨੂੰ ਉਠਾ ਦਿਓ। ਮੋੜ ਨੂੰ ਦੋਵਾਂ ਕਿਨਾਰਿਆਂ ਤੋਂ ਫੜ ਕੇ ਥੋੜ੍ਹਾ ਥੋੜ੍ਹਾ ਦਬਾਓ ਅਤੇ ਛੱਡੋ। ਤੁਸੀਂ ਦੇਖੋਗੇ ਕਿ ਕਲੈਪਰ ਜ਼ੋਰ ਜ਼ੋਰ ਨਾਲ ਚੱਲਦਾ ਹੈ। ਇਹ ਕਲੈਪਰ ਖਰਗੋਸ਼ ਦੇ ਕੰਨਾਂ ਵਾਂਗ ਹਿੱਲਦਾ ਹੈ।